ਇਹ ਪੁਰਾਣਾ ਮਾਲ ਗੱਡੀ ਦਾ ਡੱਬਾ ਖਲੋਤਾ ਇੱਥੇ, ਇਹਦੇ ਅੰਦਰ ਜਾ ਕੇ ਵੇਖਦੇ ਹਾਂ ਕੀ ਹਾਲਾਤ ਅੰਦਰ। ਓਏ ਓਏ ਕੁੱਤਾ ਕੁੱਤਾ ਕੁੱਤਾ। 1947 ਤੋਂ ਪਹਿਲੇ ਦਾ ਬਣਿਆ ਮੁਸਾਫਰਖਾਨਾ ਜਿੱਥੇ ਬਜ਼ੁਰਗ ਕਿਸੇ ਦੌਰ 'ਚ ਬਹਿ ਕੇ ਇੰਤਜ਼ਾਰ ਕਰਦੇ ਸਨ, ਅੱਜ ਇਹ ਛੱਤ 'ਤੇ ਉੱਥੇ ਹੀ ਹੈ, ਲੇਕਿਨ ਉਹ ਬਜ਼ੁਰਗ ਜਿਹੜੇ ਨੇ ਉਹ ਹੈ ਨਹੀਂ। ਇਸ ਪਲੇਟਫਾਰਮ 'ਤੇ ਜਿੱਥੇ ਦਿਨ ਰਾਤ ਮੁਸਾਫਰ ਹੁੰਦੇ ਸਨ, ਅੱਜ ਵੀਰਾਨ ਨੇ। ਅਸਲਾਮ ਵਾਲੇਕੁਮ ਦੋਸਤੋ, ਮੈਂ ਔਰੰਗਜ਼ੇਬ ਬੇਗ ਔਰ ਇਸ ਵੇਲੇ ਮੌਜੂਦ ਹੈਗਾ ਵਾਂ ਸ਼ਾਦਰਾ ਬਾਗ ਰੇਲਵੇ ਸਟੇਸ਼ਨ। ਇਹ ਬਹੁਤ ਵੱਡਾ ਔਰ ਪੁਰਾਣਾ ਸਟੇਸ਼ਨ ਹੈ, ਇਹਦੇ ਨਾਲ ਨਾਲ ਇਹ ਬਹੁਤ ਹੀ ਮਸਰੂਫ ਤਰੀਨ ਰੇਲਵੇ ਜੰਕਸ਼ਨ ਹੁੰਦਾ ਸੀ, ਜਿੱਥੋਂ ਲਾਹੌਰ ਤੋਂ ਟ੍ਰੇਨਾਂ ਆ ਕੇ ਅਤੇ ਅੱਗੇ ਮੇਰੇ ਬੈਕ ਸਾਈਡ 'ਤੇ ਰਾਵਲਪਿੰਡੀ, ਨਾਰੋਵਾਲ ਏਰੀਆ ਅਤੇ ਫੈਸਲਾਬਾਦ, ਸ਼ੇਖੂਪੁਰਾ, ਉੱਧਰ ਨੂੰ ਟ੍ਰੇਨਾਂ ਜਾਂਦੀਆਂ ਸਨ। ਇਹ ਸਟੇਸ਼ਨ ਇੱਥੇ ਤਕਰੀਬਨ 100 ਦੇ ਲਗਭਗ ਰੋਜ਼ਾਨਾ ਟ੍ਰੇਨ ਜਿਹੜੀ ਨਾ ਇੱਥੋਂ ਜਾਂਦੀ ਹੁੰਦੀ ਸੀ ਇੱਕ ਸਾਈਡ 'ਤੇ, ਲੇਕਿਨ ਹੁਣ ਆਹਿਸਤਾ ਆਹਿਸਤਾ ਜਿਹੜਾ ਨਾ ਇਹ ਵਕਤ ਚੇਂਜ ਹੋ ਗਿਆ ਔਰ ਟ੍ਰੇਨਾਂ ਜਿਹੜੀਆਂ ਨੇ ਨਾ ਉਹ ਬਹੁਤ ਘੱਟ ਗਈਆਂ ਨੇ, ਲੇਕਿਨ ਉਸਦੇ ਬਾਵਜੂਦ ਆ ਸਟੇਸ਼ਨ 'ਤੇ ਯਾਦਾਂ ਹੈ ਨੇ। ਇਹ ਵੀ ਉਹੀ ਸਟੇਸ਼ਨ ਹੈ ਜਿਹੜਾ 1947 ਦੀ ਪਾਰਟੀਸ਼ਨ ਤੋਂ ਪਹਿਲੇ ਬਜ਼ੁਰਗ ਇਸਤੇਮਾਲ ਕਰਦੇ ਰਹੇ ਨੇ, ਅੱਜ ਵੀ ਲੋਕ ਇਸਤੇਮਾਲ ਕਰਦੇ ਨੇ। ਅਤੇ ਚਲੋ ਤੁਹਾਨੂੰ ਲੇਟੈਸਟ ਦਿਖਾ ਲੈਂਦੇ ਕਿ ਸਟੇਸ਼ਨ ਅੱਜ ਕੇ ਸਾਲ ਦੇ 'ਚ। ਇਹ ਹੈਗਾ GT ਰੋਡ, ਟ੍ਰੈਫਿਕ ਆ ਰਹੀ ਹੈ ਗੁਜਰਾਂਵਾਲਾ ਵਾਲੀ ਸਾਈਡ ਤੋਂ ਔਰ ਜਾ ਰਹੀ ਹੈ ਲਾਹੌਰ ਵਾਲੀ ਸਾਈਡ ਨੂੰ, ਅਤੇ ਮਨਾਰ ਦੇ ਨਾਲ ਹੀ ਪਰਾਂ ਦਰਿਆਏ ਰਾਵੀ ਹੈ ਲਾਹੌਰ ਅੱਗੇ। ਇਹ ਛੋਟਾ ਜਿਹਾ ਰਸਤਾ ਜਿਹੜਾ ਕਿ ਕਦੀਮੀ ਰੇਲਵੇ ਸਟੇਸ਼ਨ ਜਾਂਦਾ ਹੈ, ਇਹ ਉਹ ਲਿਖਿਆ ਵੀ ਹੈ ਸ਼ਾਹਦਰਾ ਰੇਲਵੇ ਸਟੇਸ਼ਨ। ਇਹ ਇੱਥੋਂ ਤੁਹਾਨੂੰ ਦਿਖਾ ਲੈਣਾ ਇਹ ਰਸਤਾ, ਇੱਥੋਂ 2 ਮਿੰਟ ਦੀ ਵਾਕ ਹੈ, ਜਿੱਦਣ ਮੋਟਰਸਾਈਕਲ ਜਾ ਰਹੀ ਹੈ ਅਤੇ ਰਕਸ਼ੇ ਦੇ ਪਿੱਛੋਂ ਦੀ ਸ਼ਾਹਦਰਾ ਸਟੇਸ਼ਨ ਨੇ ਬਣੀਆਂ ਯਾਦਾਂ ਬਜ਼ੁਰਗਾਂ ਦੀਆਂ ਸਟੇਸ਼ਨ ਦੇ ਨਾਲ, ਕਿਉਂਕਿ ਇਹ ਇਲਾਕਾ ਹੈਗਾ ਸ਼ੇਖੂਪੁਰੇ ਦਾ, ਜ਼ਿਲ੍ਹਾ ਸ਼ੇਖੂਪੁਰਾ। ਅੱਛਾ, ਇੱਕ ਸ਼ਾਹਦਰਾ ਹੈਗਾ ਦਿੱਲੀ ਦੇ ਕੋਲ, ਦਿੱਲੀ ਤੋਂ ਪਹਿਲੇ, ਅਤੇ ਇੱਕ ਸ਼ਾਹਦਰਾ ਹੈਗਾ ਹੈ ਲਾਹੌਰ ਦੇ ਕੋਲ, ਲਾਹੌਰ ਤੋਂ ਪਹਿਲੇ। ਲਿਹਾਜ਼ਾ ਅੱਜ ਤੁਹਾਨੂੰ ਲਾਹੌਰ ਵਾਲਾ ਜਿਹੜਾ ਸ਼ਾਹਦਰਾ ਨਾ, ਸ਼ਾਹਦਰਾ ਬਾਗ ਜੰਕਸ਼ਨ, ਉਹ ਦਿਖਾਇਆ ਜਾ ਰਿਹਾ, ਜਿੱਥੋਂ ਕਦੀ ਟ੍ਰੇਨਾਂ ਰਾਵਲਪਿੰਡੀ, ਨਾਰੋਵਾਲ ਵਾਲੀ ਸਾਈਡ ਔਰ ਸ਼ੇਖੂਪੁਰਾ, ਸ਼ੋਰਕੋਟ, ਫੈਸਲਾਬਾਦ ਇਹਨਾਂ ਇਲਾਕਿਆਂ ਨੂੰ ਜਾਂਦੀਆਂ ਹੁੰਦੀਆਂ ਸਨ, ਅੱਜ ਵੀ ਜਾਂਦੀਆਂ ਨੇ, ਲੇਕਿਨ ਅੱਜ ਬਹੁਤ ਥੋੜ੍ਹੀਆਂ ਰਹਿ ਗਈਆਂ। ਅਤੇ ਇਹ ਜਨਾਬ ਆ ਗਏ ਉਹ ਵਿਊ ਜਿਹੜੇ ਨੇ ਸਟੇਸ਼ਨ ਦੀ, ਪੁਰਾਣੀ ਤਾਰੀਖੀ ਬਿਲਡਿੰਗ। ਇਹ ਉਹਦੇ ਪਲੇਟਫਾਰਮ ਦਾ ਜਿਹੜਾ ਨਾ ਉਹ ਫਰੰਟ ਸਾਈਡ ਹੈ, ਇੱਕ ਹੋਰ ਪਲੇਟਫਾਰਮ, ਇਹ ਮੇਨ ਪਲੇਟਫਾਰਮ ਅਤੇ ਮੇਨ ਬਿਲਡਿੰਗ ਸ਼ਾਹਦਰਾ ਸਟੇਸ਼ਨ ਦੀ, ਜਿਹੜੀ ਕਿ ਬਹੁਤ ਹੀ ਖੂਬਸੂਰਤ ਬਣਾਈ ਗਈ ਸੀ, ਕਿਉਂਕਿ ਮਸਰੂਫ ਤਰੀਨ ਜੰਕਸ਼ਨ ਸੀ, ਬਹੁਤ ਜ਼ਿਆਦਾ ਟ੍ਰੇਨਾਂ ਇੱਥੋਂ ਦੀ ਗੁਜ਼ਰਦਾ, ਉਹਨਾਂ ਦਾ ਗੁਜ਼ਰ ਹੁੰਦਾ ਹੁੰਦਾ ਸੀ। ਇਹ ਜਨਾਬ ਸ਼ਾਹਦਰਾ ਬਿਲਕੁਲ ਦਰਿਆਏ ਰਾਵੀ ਦੇ ਕਿਨਾਰੇ 'ਤੇ, ਦਰਿਆਏ ਰਾਵੀ ਤੁਸੀਂ ਕ੍ਰਾਸ ਕਰੋ ਅਤੇ ਲਾਹੌਰ ਸਟਾਰਟ ਹੋ ਜਾਂਦਾ, ਅਤੇ ਦਰਿਆਏ ਰਾਵੀ ਤੋਂ ਉਰਲੀ ਸਾਈਡ 'ਤੇ ਆ ਜਾਓ, ਅਤੇ ਜ਼ਿਲ੍ਹਾ ਇਹ ਸ਼ੇਖੂਪੁਰਾ, ਲੇਕਿਨ ਇਹ ਬੜਾ ਤਾਰੀਖੀ ਕਸਬਾ ਹੈਗਾ ਔਰ ਇਹ ਸ਼ਾਹਦਰਾ ਪਿੰਡ ਹੁੰਦਾ ਸੀ। ਇੱਥੇ ਜਿਹੜੇ ਨਾ ਮੁਗਲਾਂ ਦੇ ਦੌਰ ਦੇ 'ਚ ਬਾਗ ਬਣਾਏ ਗਏ ਸਨ ਔਰ ਇੱਥੋਂ ਦੀ ਗੁਜ਼ਰਗਾਹ ਜਿਹੜੀ ਸੀ ਨਾ ਇਹਨਾਂ ਦੀ ਜੰਮੂ ਜਾਣਾ ਜਾਂ ਦੂਸਰੀਆਂ ਰਿਆਸਤਾਂ ਦੇ ਵਿੱਚ, ਅਤੇ ਇੱਥੇ ਉਹ ਆਰਾਮ ਕਰਦੇ ਹੁੰਦੇ ਸਨ ਜਾਂ ਇੱਥੋਂ ਦੀ ਗੁਜ਼ਰਗਾਵਾਂ ਹੁੰਦੀਆਂ ਸਨ, ਇੱਥੇ ਬਹੁਤ ਜ਼ਿਆਦਾ ਬਾਗਾਤ ਹੁੰਦੇ ਸਨ, ਲਿਹਾਜ਼ਾ ਇਹਨੂੰ ਅੱਜ ਤੱਕ ਸ਼ਾਹਦਰਾ ਬਾਗ ਹੀ ਕਿਹਾ ਜਾਂਦਾ ਹੈ ਉਸੇ ਮੁਨਾਸਬਤ ਤੋਂ। ਇੱਥੇ ਜਹਾਂਗੀਰ ਦਾ ਮਕਬਰਾ, ਨੂਰ ਜਹਾਂ ਦਾ ਮਕਬਰਾ, ਆਸਿਫ ਜਹਾਂ ਦਾ ਮਕਬਰਾ, ਇਹ ਉਹ ਨੇ ਜਿਹੜੀਆਂ ਤਾਰੀਖੀ ਅਹਿਮੀਅਤ ਦੀਆਂ ਹਾਮਲ ਬਿਲਡਿੰਗਾਂ ਅੱਜ ਵੀ ਇੱਥੇ ਮੌਜੂਦ ਹੈਗੀਆਂ ਨੇ। ਅਤੇ ਇਹ ਡੱਬਾ ਜੀ ਮਾਲ ਗੱਡੀ ਦੇ ਸਭ ਤੋਂ ਪਿੱਛੇ ਡੱਬਾ ਲੱਗਦਾ ਹੁੰਦਾ ਸੀ, ਹੁਣ ਤਾਂ ਮਾਲ ਗੱਡੀਆਂ ਵੀ ਤਕਰੀਬਨ ਨਾ ਹੁੰਦੇ ਬਰਾਬਰ ਰਹਿ ਗਈਆਂ ਨੇ, ਟਰੱਕਾਂ 'ਤੇ ਸਮਾਨ ਜਾਂਦਾ, ਅਤੇ ਇਹ ਡੱਬੇ ਦੇ ਵਿੱਚ ਜਾ ਕੇ ਦੇਖਦੇ ਹਾਂ ਹੈ ਕੀ ਹੈ ਜਾਂ ਕੀ ਹੁੰਦਾ ਸੀ, ਕਿਉਂਕਿ ਅਸੀਂ ਬਚਪਨ ਤੋਂ ਦੇਖਦੇ ਆ ਰਹੇ ਹਾਂ। ਅੰਦਰ ਚੱਲਦੇ ਹਾਂ ਜੀ। ਓਏ ਹੋਏ ਹੋਏ ਓਏ, ਇਹ ਕੁੱਤਾ ਕੁੱਤਾ ਵਿੱਚੋਂ ਨਿਕਲਿਆ ਜੇ ਜਨਾਬ। ਓਏ ਹੋਏ, ਵੇਖੋ ਜੀ ਕੁੱਤਿਆਂ ਦੇ ਡੇਰੇ ਬਣ ਗਏ ਨੇ। ਇਹ ਹੈਂਡਲ ਇਹਦਾ, ਇਹ ਪਤਾ ਨਹੀਂ ਕਿਸ ਕੰਮ ਆਉਂਦਾ ਸੀ। ਅਤੇ ਇਹ ਜਨਾਬ ਕੁਰਸੀ, ਅੱਗੇ ਮੇਜ਼, ਇਹ ਖਿੜਕੀਆਂ, ਇਸ ਡੱਬੇ ਦੇ ਚਾਰੋਂ ਤਰਫ ਖਿੜਕੀਆਂ ਨੇ, ਅਤੇ ਇਹ ਇੱਕ ਦਰਵਾਜ਼ਾ, ਇਹ ਹੈਂਡਲ ਪਤਾ ਨਹੀਂ ਕਿਸ ਕੰਮ ਆਉਂਦਾ ਸੀ, ਜ਼ਰਾ ਦੱਸਿਓ। ਅਤੇ ਇਹ ਦੇਖੋ ਨਾ, ਇੱਕ ਇਹ ਖਿੜਕੀ ਹੈ ਔਰ ਇਹ ਜਨਾਬ ਉਹਦੇ 'ਤੇ ਮੇਜ਼ ਕੁਰਸੀ 'ਤੇ ਮੇਜ਼ ਲੱਗਿਆ। ਇਹ ਦਰਵਾਜ਼ਾ ਇੱਕ ਬੈਕ ਸਾਈਡ ਨੂੰ, ਇਹ ਨਹੀਂ ਖੋਲਦਾ ਪਿਆ। ਅਤੇ ਇਹ ਜਨਾਬ ਆ ਗਏ ਬਾਹਰ, ਇਹ ਖੜਾ, ਇਹ ਦੇਖੋ ਨਾ ਲਾਈਨ 'ਤੇ ਖੜਾ, ਇਹ ਕੱਲਮ ਕੱਲਾ ਇਹ ਡੱਬਾ, ਮਾਲ ਗੱਡੀ ਗਾਈ ਵੇ, ਅਤੇ ਇਹ ਡੱਬਾ ਇੱਥੇ ਮੌਜੂਦ ਹੈਗਾ ਪਲੇਟਫਾਰਮ ਦੇ ਉੱਤੇ। ਅੱਛਾ, ਉਹ ਬਿਲਡਿੰਗ ਦੇ ਜਿਹੜੇ ਨਾ ਤੁਹਾਨੂੰ ਮੁਨਾਜ਼ਰ ਦਿਖਾ ਲੈਣਾ ਬਰਾਮਦੇ ਵਿੱਚੋਂ, ਇਹ ਦਫ਼ਤਰ ਸਟੇਸ਼ਨ ਮਾਸਟਰ ਹੈ, ਸਾਰੇ ਅੰਗਰੇਜ਼ ਦੌਰ ਦੇ ਬਣਾਏ ਦਫ਼ਤਰ ਨੇ ਜਿਹੜੇ
ਅੱਜ ਵੀ ਮੌਜੂਦ ਹੈਗੇ ਨੇ, ਬਰਾਮਦੇ ਬਣੇ ਨੇ ਔਰ ਇਹ ਸਾਹਮਣੇ ਪਲੇਟਫਾਰਮ ਅਤੇ ਇਹ ਨਾਲ ਲੱਗੀ ਹੈ ਜੀ ਘੈਂਟੀ। ਘੈਂਟੀ ਤੋਂ ਮੁਰਾਦ ਇਹ ਕਿ ਸਿਰਫ ਗਾਡਰ ਦਾ ਇੱਕ ਪੀਸ ਹੀ ਟੰਗਿਆ ਅਤੇ ਇਹਨੂੰ ਹੀ ਔਰ ਲੋਹੇ ਦਾ ਥੋੜ੍ਹਾ ਮਾਰ ਕੇ ਅਤੇ ਟਨ 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 ਕਰਦੇ ਸਨ ਕਿ ਜੀ ਟ੍ਰੇਨ ਬੱਸ ਪਲੇਟਫਾਰਮ 'ਤੇ ਆਉਣ ਵਾਲੀ ਹੈ। ਅਤੇ ਇਹ ਜਨਾਬ ਇੱਥੇ ਪਲੇਟਫਾਰਮ ਜਿਹੜੇ ਨੇ ਮਾਜ਼ੀ ਦੀਆਂ ਯਾਦਾਂ ਸਮੇਟੇ ਆਪਣੇ ਦਿਲ ਦੇ ਵਿੱਚ ਅੱਜ ਵੀ ਮੌਜੂਦ ਨੇ। ਸ਼ਾਇਦ ਇਹ ਉਹਨਾਂ ਬਜ਼ੁਰਗਾਂ ਦੀਆਂ ਰਾਹਾਂ ਤੱਕਦੇ ਹੋਣ ਜਿਹੜੇ ਇੱਥੋਂ ਦੀ ਪੁਰਾਣੇ ਦੌਰ 'ਚ ਸਫ਼ਰ ਕਰਦੇ ਹੁੰਦੇ ਸਨ, ਕਿਉਂਕਿ ਅੱਜ ਕੱਲ੍ਹ ਦੇ ਸਫ਼ਰ ਟ੍ਰੇਨ 'ਤੇ ਜਿਹੜੇ ਕਰਨ ਵਾਲੇ ਤਾਂ ਉਹਨਾਂ ਦੀ ਤਾਦਾਦ ਬਹੁਤ ਥੋੜ੍ਹੀ, ਲੋਕ ਆਪਣੀਆਂ ਗੱਡੀਆਂ ਰੱਖੀਆਂ ਨੇ ਔਰ ਟਰਾਂਸਪੋਰਟ ਇਸਤੇਮਾਲ ਕਰਦੇ ਨੇ, ਲੇਕਿਨ ਇਹ ਯਾਦਾਂ ਉੱਥੇ ਨੇ। ਇਹ ਜਨਾਬ ਗੁਜਰਾਂਵਾਲੇ ਵਾਲੀ ਸਾਈਡ ਹੈ, ਇਹ ਤੁਹਾਨੂੰ ਟ੍ਰੇਨ ਪਟਰੀ ਨਜ਼ਰ ਆ ਰਹੀ ਹੈ। ਇੱਧਰ ਨੂੰ ਜਨਾਬ ਸ਼ੇਖੂਪੁਰਾ, ਰਾਵਲਪਿੰਡੀ, ਨਾਰੋਵਾਲ ਵਗੈਰਾ ਇਹ ਸਾਰਾ ਏਰੀਆ ਇਸ ਸਾਈਡ 'ਤੇ ਆ ਗਿਆ। ਅਤੇ ਇਹ ਮੈਂ ਇਸ ਵੇਲੇ ਪਲੇਟਫਾਰਮ ਦੇ ਐਂਡ 'ਤੇ ਖੜ੍ਹਾ ਵਾਂ ਅਤੇ ਇਹ ਜਨਾਬ ਹੁਣ ਮੈਂ ਤੁਹਾਨੂੰ ਕੈਮਰਾ ਆਹਿਸਤਾ ਆਹਿਸਤਾ ਘੁੰਮਾ ਕੇ ਦਿਖਾ ਲੈਣਾ। ਇਹ ਜਨਾਬ ਲਾਹੌਰ ਵਾਲੀ ਸਾਈਡ ਨੂੰ ਹੁਣ ਮੈਂ ਕੈਮਰਾ ਲੈ ਕੇ ਜਾ ਰਿਹਾ। ਇੱਥੋਂ ਅੱਗੇ ਬਿਲਕੁਲ ਨਾਲ ਰਾਵੀ ਹੈ, ਇਹ ਇੱਧਰ ਨਾਲ ਰਾਵੀ ਹੈ ਅਤੇ ਰਾਵੀ ਤੋਂ ਪਹਿਲਾਂ ਫਿਰ ਬਦਾਮੀ ਬਾਗ ਸਟੇਸ਼ਨ ਅਤੇ ਫਿਰ ਲਾਹੌਰ ਰੇਲਵੇ ਸਟੇਸ਼ਨ। ਅਤੇ ਇਹ ਜਨਾਬ ਆ ਗਿਆ ਡਰਾਈਵਰ ਟੂ ਸਟੋਪ ਹੇਅਰ, ਯਾਨੀ ਕਿ ਇੱਥੇ ਡਰਾਈਵਰ ਜਿਹੜਾ ਨਾ ਟ੍ਰੇਨ ਲਿਆ ਕੇ ਖੜੀ ਕਰੇਗਾ, ਠੀਕ ਹੈ ਨਾ। ਯਾਨੀ ਇੰਜਨ ਇਹ ਪਲੇਟਫਾਰਮ ਦਾ ਆਖਰੀ ਕਿਨਾਰਾ ਹੈ ਜਿਹੜਾ ਕਿ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਤੇ। ਇਹ ਆਬਾਦੀ ਬਣੀ ਹੈ, ਸਾਰੀ ਨਵੀਂ ਆਬਾਦੀ ਹੈ। ਨਵੀਂ ਤੋਂ ਮੁਰਾਦ ਇਹ ਕਿ ਇਹ ਨਹੀਂ ਕਿ ਅੱਜ ਕੱਲ੍ਹ 'ਚ ਬਣੀ ਹੈ, ਪੁਰਾਣੀ ਹੈ, ਲੇਕਿਨ ਇਸ ਤੋਂ ਪਹਿਲੇ ਇੱਥੇ ਸਿਰਫ ਬਾਗ ਹੁੰਦੇ ਸਨ, ਜਿਸ ਤਰ੍ਹਾਂ ਕਿ ਮੈਂ ਪਹਿਲੇ ਦੱਸਿਆ। ਲਓ ਜੀ ਦੋਸਤੋ, ਇਹ ਹੈਗੇ ਨੇ ਸਿਗਨਲ, ਇਹਨਾਂ ਉੱਤੇ ਲੱਗੇ ਹੁੰਦੇ ਸਨ ਸਿਗਨਲ ਤਿੰਨਾਂ ਦੇ ਉੱਤੇ, ਹੁਣ ਲੱਗ ਗਏ ਨੇ ਇਸ਼ਾਰੇ, ਇਹ ਇਲੈਕਟ੍ਰੋਨਿਕ ਸਿਸਟਮ। ਇਹ ਜਨਾਬ ਤਿੰਨ ਲਾਈਨਾਂ ਇੱਥੋਂ ਸ਼ਦਰੇ, ਇਹ ਸ਼ਦਰਾ ਸਟੇਸ਼ਨ ਹੈ, ਇਹ ਤਿੰਨ ਲਾਈਨਾਂ ਨਿਕਲ ਰਹੀਆਂ ਨੇ, ਇੱਕ ਹੈ ਏ, ਇੱਕ ਹੈ ਏ, ਇੱਕ ਹੈ ਏ। ਇਹ ਲਾਈਨ ਜਾ ਰਹੀ ਹੈ ਨਾਰੋਵਾਲ ਵਾਲੀ ਸਾਈਡ ਨੂੰ, ਇਹ ਲਾਹੌਰ ਤੋਂ ਅੱਗੇ ਜਾ ਰਹੀ ਰਾਵਲਪਿੰਡੀ ਵਾਲੀ ਸਾਈਡ ਨੂੰ, ਅਤੇ ਇਹ ਜਿਹੜੀ ਹੈ ਜਾ ਰਹੀ ਹੈ ਸ਼ੇਖੂਪੁਰੇ ਨੂੰ। ਹੁਣ ਮੈਂ ਤੁਹਾਨੂੰ ਦੂਸਰੀ ਸਾਈਡ ਤੋਂ ਦਿਖਾ ਲਵਾਂ। ਇਹ ਦੇਖੋ ਤੁਸੀਂ, ਇਹ ਜਨਾਬ ਆ ਗਿਆ, ਇਹ ਦੇਖੋ ਜਿਹੜੀ ਇਹ ਰਾਵਲਪਿੰਡੀ ਵਾਲੀ ਦਰਮਿਆਨ ਵਾਲੀ, ਨਾਰੋਵਾਲ ਵਾਲੀ ਇੱਥੋਂ ਥੋੜ੍ਹੀ ਅੱਗੇ ਜਾ ਕੇ ਅਤੇ ਇਸ ਸਾਈਡ ਨੂੰ ਹੋ ਜਾਏਗੀ, ਰਾਵਲਪਿੰਡੀ ਵਾਲੀ ਸਿੱਧੀ ਨਿਕਲ ਜਾਏਗੀ, ਜਦਕਿ ਇਹ ਸ਼ੇਖੂਪੁਰਾ ਔਰ ਫੈਸਲਾਬਾਦ ਨੂੰ ਜਾਣ ਵਾਲੀ, ਇਹ ਇੱਥੋਂ ਥੋੜ੍ਹੀ ਦੂਰ ਹੈ ਦਰਖਤ ਕੋਲ ਜਾ ਕੇ ਅਤੇ ਇਸ ਸਾਈਡ ਨੂੰ ਹੋ ਜਾਏਗੀ। ਇਹ ਤਿੰਨੇ ਹੀ ਲੈਣਾ ਅਲੱਗ ਅਲੱਗ ਸਾਈਡ ਨੂੰ ਹੋ ਜਾਣਗੀਆਂ, ਇਸੇ ਲਈ ਇਹਨੂੰ ਕਿਹਾ ਜਾਂਦਾ ਇਹ ਬੜਾ ਮਸਰੂਫ ਤਰੀਨ ਰੇਲਵੇ ਜੰਕਸ਼ਨ ਹੈਗਾ ਸੀ ਸ਼ਦਾਰਾ, ਸ਼ਦਾਰਾ ਬਾਗ, ਜਿਹੜਾ ਕਿ ਹੁਣ ਇਹ ਤੁਸੀਂ ਦੇਖ ਲਓ ਇਸ ਵੇਲੇ ਇੱਥੇ ਇਹ ਬਿਲਕੁਲ ਇਹ ਉਹ ਤਿੰਨ ਲਾਈਨਾਂ ਨੇ ਜਿਹੜੀਆਂ ਅੱਗੇ ਜਾ ਕੇ ਅਲੱਗ ਅਲੱਗ ਹੋ ਜਾਣਗੀਆਂ, ਅਤੇ ਬੈਕ ਸਾਈਡ 'ਤੇ ਮੇਰੇ ਬਿਲਕੁਲ ਇਹ ਜਿਹੜਾ ਸ਼ਦਾਰਾ ਸਟੇਸ਼ਨ ਹੈ ਇਸ ਸਾਈਡ 'ਤੇ, ਠੀਕ ਹੈ ਨਾ। ਅਤੇ ਇਹ ਜਨਾਬ ਆ ਗਿਆ ਪੁਲਿਸ ਚੌਕੀ 'ਤੇ ਬਿਲਡਿੰਗ, ਇਹਦੇ ਨਾਲ ਹੀ ਥੱਲੇ ਬਣਿਆ ਇਹ ਪੁਰਾਣਾ ਟਿਕਟ ਘਰ, ਇਹ ਛੋਟਾ ਜਿਹਾ ਤੋਂ ਲੋਹੇ ਦੀ ਛੱਤਰੀ, ਅਤੇ ਇਹ ਜਨਾਬ ਥੱਲੇ ਆ ਗਿਆ ਟਿਕਟ ਘਰ, ਅੱਜ ਵੀ ਇਹ ਮੌਜੂਦ ਹੈ। ਹੁਣ ਟ੍ਰੇਨ ਦਾ ਟਾਈਮ ਕੋਈ ਨਹੀਂ, ਲਿਹਾਜ਼ਾ ਇੱਥੇ ਜਿਹੜਾ ਨਾ ਉਹ ਕੋਈ ਮੁਸਾਫਰ ਨਹੀਂ ਖੜ੍ਹਾ। ਇਹ ਜਨਾਬ ਪਲੇਟਫਾਰਮ, ਟਿਕਟ ਇੱਥੋਂ ਲਵੋ ਅਤੇ ਇੱਥੋਂ ਦੀ ਪਲੇਟਫਾਰਮ 'ਤੇ ਚਲੇ ਜਾਓ। ਅਤੇ ਇਹ ਬਾਹਰ ਇਹਦਾ ਮੁਸਾਫਰਖਾਨਾ, ਯਾਨੀ ਇਹਦਾ ਮੁਸਾਫਰਖਾਨਾ ਪਲੇਟਫਾਰਮ ਤੋਂ ਬਾਹਰ ਬਣਿਆ, ਉਹੀ ਪੁਰਾਣਾ ਲੱਕੜ ਦੀ ਜਿਹੜੀ ਇਹਦੀ ਕੈਨੋਪੀ ਬਣੀ ਹੈ। ਮੁਸਾਫਰ ਅੱਜ ਵੀ ਇੱਥੇ ਬੈਠੇ ਨੇ, ਲੇਕਿਨ ਟ੍ਰੇਨ ਪਤਾ ਨਹੀਂ ਕਦੋਂ ਆਉਣੀ ਹੈ। ਅੰਦਰ ਚੱਲ ਕੇ ਤੁਹਾਨੂੰ ਪਲੇਟਫਾਰਮ ਦਿਖਾ ਲੈਂਦੇ ਹਾਂ, ਜਿਹੜਾ ਕਿ ਇਹ ਇਸ ਤਰ੍ਹਾਂ ਮੁਸਾਫਰ ਅੰਦਰ ਆ ਜਾਂਦੇ ਹੁੰਦੇ ਸਨ। ਅਤੇ ਇਹ ਜਨਾਬ ਲਾਹੌਰ ਵਾਲੀ ਸਾਈਡ ਆ ਗਏ, ਇਹ ਇਹਦੇ ਸਾਹਮਣੇ ਜਿਹੜੀ ਬਿਲਡਿੰਗ ਹੈ ਯਾਨੀ ਦੂਸਰੇ ਪਲੇਟਫਾਰਮ ਨੇ, ਉੱਥੇ ਕੁਛ ਲੋਕ ਬੈਠੇ ਨੇ, ਯਕੀਨਨ ਮੁਸਾਫਰ ਨਹੀਂ, ਉਹ ਵੈਸੇ ਹੀ ਇੱਥੇ ਆ ਕੇ ਜਿਹੜੇ ਵਿਹਲੇ ਨੇ ਨਾ, ਵਿਹਲੇ ਮਸਰੂਫ, ਉਹ ਬਹਿ ਕੇ ਇੱਥੇ ਅਤੇ ਇਹ ਸਟੇਸ਼ਨ ਦਾ ਨਜ਼ਾਰਾ ਕਰ ਰਹੇ ਨੇ। ਇਹ ਜੀ ਬਹੁਤ ਵੱਡਾ ਜੰਕਸ਼ਨ ਸ਼ਾਦਰਾ ਬਾਗ, ਉਹਦੇ ਤੁਹਾਨੂੰ ਖਸੂਸੀ ਮੁਨਾਜ਼ਰ ਪਲੇਟਫਾਰਮ 'ਤੇ ਖੜ੍ਹੇ ਹੋ ਕੇ ਦਿਖਾਏ ਜਾ ਰਹੇ ਨੇ, ਜਿੱਥੇ ਟ੍ਰੇਨਾਂ ਹੀ ਟ੍ਰੇਨਾਂ ਹੁੰਦੀਆਂ ਸਨ। ਲੇਕਿਨ ਅੱਜ ਮੈਨੂੰ ਅਫਸੋਸ ਹੋਇਆ ਕਿ ਇੱਥੇ ਬਹੁਤ ਥੋੜ੍ਹੀਆਂ ਟ੍ਰੇਨਾਂ ਰਹਿ ਗਈਆਂ ਨੇ, ਉਹ ਵੀ ਕੋਈ ਪਿੰਡੀ ਨੂੰ ਜਾਂਦੀਆਂ ਨੇ ਅਤੇ ਕੁਛ ਫੈਸਲਾਬਾਦ ਵਾਲੀ ਸਾਈਡ ਨੂੰ, ਅਤੇ ਨਾਰੋਵਾਲ ਸਿਰਫ ਤਿੰਨ ਚਾਰ ਟ੍ਰੇਨਾਂ ਰਹਿ ਗਈਆਂ ਨੇ। ਦੇਖੋ ਜੀ ਇੱਥੋਂ ਦੀ ਮੈਨੂੰ ਦੱਸਿਆ ਕਿਸੇ ਨੇ ਕਿ ਇਹ ਟ੍ਰੇਨ ਪਟਰੀ ਕਰਾਸ ਨਹੀਂ ਸੀ ਹੁੰਦੀ ਸੀ, ਕਿਸੇ ਟਾਈਮ ਕਿਸੇ ਸਾਈਡ ਤੋਂ ਵੀ ਟ੍ਰੇਨ ਆ ਜਾਂਦੀ ਹੁੰਦੀ ਸਪੀਡ 'ਤੇ, ਕਿਉਂਕਿ ਇੱਥੇ ਸਾਰੀਆਂ ਟ੍ਰੇਨਾਂ ਖੜ੍ਹੀਆਂ ਵੀ ਨਹੀਂ ਸਨ ਹੁੰਦੀਆਂ ਹੁੰਦੀਆਂ, ਟ੍ਰੇਨਾਂ ਇੱਥੋਂ ਨਾਨ ਸਟਾਪ ਗੁਜ਼ਰ ਜਾਂਦੀਆਂ ਹੁੰਦੀਆਂ ਸਨ। ਅਤੇ ਇਸ ਸਟੇਸ਼ਨ ਦੇ ਮੈਨੂੰ ਇੱਕ ਵੀ ਕੁੱਲੀ ਨਹੀਂ ਨਜ਼ਰ ਆਇਆ, ਇਹ ਬਹੁਤ ਵੱਡਾ ਸਟੇਸ਼ਨ ਹੈ, ਬਹੁਤ ਵੱਡਾ ਜੰਕਸ਼ਨ ਹੈ, ਇੱਕ ਕੁੱਲੀ ਨਜ਼ਰ ਨਹੀਂ ਆਇਆ, ਨਹੀਂ ਤਾਂ ਇੱਥੇ ਬੜੇ ਕੁੱਲੀ ਵੀ ਹੁੰਦੇ ਹੁੰਦੇ ਸਨ ਸਮਾਨ ਚੁੱਕਣਾ, ਲੇਕਿਨ ਉਹ ਜਦੋਂ ਟ੍ਰੇਨ ਨਹੀਂ ਹੈ ਨਹੀਂ ਤਾਂ ਕੁੱਲੀ ਵਿਚਾਰੇ ਇੱਥੇ ਕੀ ਕਰਨ ਆ ਕੇ। ਇਹ ਦੇਖੋ ਨਾ ਇਸ ਟ੍ਰੇਨ ਦਾ ਮੈਨੂੰ ਪਤਾ ਕਿ ਇੱਥੇ ਅਕਸਰ ਆ ਕੇ ਨਾ ਮੁਸਾਫਰ ਟ੍ਰੇਨ ਖੜ੍ਹੀ ਹੁੰਦੀ ਹੁੰਦੀ ਸੀ,
ਇੰਨਾ ਰਸ਼ ਹੁੰਦਾ ਸੀ ਟ੍ਰੇਨਾਂ ਦਾ ਇਸ ਪਲੇਟਫਾਰਮ 'ਤੇ, ਉਹਨਾਂ ਟ੍ਰੇਨ ਦਾ ਤੁਸੀਂ ਪਟਰੀ ਦਾ ਹਾਲ ਦੇਖੋ ਜਨਾਬ, ਦੇਖ ਲਓ ਘਾਹ ਨਹੀਂ ਤੋਂ ਵੱਢਿਆ ਗਿਆ, ਨਿਕੰਮਾ ਅਮਲਾ, ਇੱਥੋਂ ਘਾਹ ਹੀ ਤਾਂ ਵੱਢਾ ਲਓ ਤੁਸੀਂ। ਅਤੇ ਇਹ ਸੀ ਅੱਜ ਦੀ ਵੀਡੀਓ ਦੋਸਤੋ, ਸ਼ਿਦਰਾ ਬਾਗ ਰੇਲਵੇ ਸਟੇਸ਼ਨ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡੀ ਖਿਦਮਤ 'ਚ ਦੁਬਾਰਾ ਹਾਜ਼ਰ ਹੋਵਾਂਗਾ। ਔਰੰਗਜ਼ੇਬ ਨੂੰ ਇਜਾਜ਼ਤ ਦਿਓ, ਰੱਬ ਰਾਖਾ।